ਮੈਨੂੰ ਬਚਾਲਾ ਬਾਪੂ। ਹੋਏ ਨਾ ਪਤਾ ਨਾ, ਹੋਏ ਨੇ ਕੀ ਵਿਗਾੜਿਆ। ਦਿੱਲੀ ਵਿੱਚ ਇੱਕ ਸਿੱਖ ਨੌਜਵਾਨ ਨੂੰ ਕਿਸੇ ਵਿਅਕਤੀ ਨੂੰ ਸਿਗਰਟ ਪੀਣ ਤੋਂ ਰੋਕਣ 'ਤੇ ਕਾਰ ਨਾਲ ਟੱਕਰ ਮਾਰ ਕੇ ਜਾਨੋਂ ਮਾਰ ਦਿੱਤਾ ਗਿਆ ਸੀ। ਉਸ ਨੌਜਵਾਨ ਦਾ ਨਾਂ ਸੀ ਗੁਰਪ੍ਰੀਤ ਸਿੰਘ ਅਤੇ ਉਹ ਪੰਜਾਬ ਦਾ ਰਹਿਣ ਵਾਲਾ ਸੀ। ਐਂਟੀ ਡਰੱਗਸ ਫੈਡਰੇਸ਼ਨ ਵੱਲੋਂ ਗੁਰਪ੍ਰੀਤ ਸਿੰਘ ਨੂੰ ਇਨਸਾਫ ਦਿਵਾਉਣ ਲਈ ਇੱਕ ਦਸਤਖਤ ਮੁਹਿੰਮ ਪੂਰੇ ਦੇਸ਼ ਵਿੱਚ ਚਲਾਈ ਗਈ ਹੈ, ਜਿਸ ਤਹਿਤ ਫੈਡਰੇਸ਼ਨ ਵੱਲੋਂ ਅੱਜ ਪਟਿਆਲਾ ਦੇ ਨੌਰਥ ਜ਼ੋਨ ਕਲਚਰਲ ਸੈਂਟਰ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਅਤੇ ਲੋਕਾਂ ਨੂੰ ਨਸ਼ਿਆਂ ਦੇ ਕੋੜ ਤੋਂ ਜਾਗਰੂਕ ਕਰਨ ਲਈ ਇੱਕ ਨਾਟਕ ਦਾ ਮੰਚਨ ਵੀ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਗੁਰਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਐਂਟੀ ਡਰੱਗਸ ਫੈਡਰੇਸ਼ਨ ਵੱਲੋਂ ਗੁਰਪ੍ਰੀਤ ਨੂੰ ਇਨਸਾਫ ਦਿਵਾਉਣ ਲਈ ਨਸ਼ਿਆਂ ਖਿਲਾਫ ਇੱਕ ਵੱਡੀ ਮੁਹਿੰਮ ਚਲਾਈ ਗਈ ਹੈ, ਜਿਸ ਕਰਕੇ ਅੱਜ ਉਹ ਇੱਥੇ ਪਹੁੰਚੇ ਨੇ ਅਤੇ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਨੇ। ਉਹਨਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਹੋਰ ਨੌਜਵਾਨ ਇਸ ਕਿਸਮ ਦੀ ਦੁਰਘਟਨਾ ਦਾ ਸ਼ਿਕਾਰ ਹੋਵੇ। ਕਾਰਵਾਈ ਤਾਂ ਸੰਤੁਸ਼ਟ ਅਜੇ ਤੱਕ ਨਹੀਂ ਗਏ, ਕਿਉਂਕਿ ਜਿੰਨੀ ਦੇਰ ਤੱਕ ਪੁਲਿਸ ਟੋਟਲ ਇਨਵੈਸਟੀਗੇਸ਼ਨ ਕਰਕੇ ਇੱਕ ਆਪਣੇ ਚਾਰਜਸ਼ੀਟ ਪੇਸ਼ ਨਹੀਂ ਕਰ ਦਿੰਦੀ ਗੀ, ਉਦੋਂ ਤੱਕ ਤਾਂ ਸੰਤੁਸ਼ਟ ਨਹੀਂ ਗਏ। ਜੋ ਚਾਰਜਸ ਸਹੀ ਸਾਡੇ ਹੱਕ 'ਚ ਪੇਸ਼ ਹੋ ਜਾਏਗੀ ਤਾਂ ਸੰਤੁਸ਼ਟੀ ਮਿਲੇਗੀ, ਕਿਉਂਕਿ ਅਜੇ ਪੁਲਿਸ ਨੇ ਬਹੁਤ ਕੰਮ ਕਰਨੇ ਬਾਕੀ ਨੇ ਜਿਹੜੇ ਅਜੇ ਕਰਨੇ ਆ ਉਹਨਾਂ ਨੇ, ਤਾਂ ਉਹ ਕਰ ਦੇਣਗੇ ਤਾਂ ਸੰਤੁਸ਼ਟੀ ਜ਼ਰੂਰ ਮਿਲੂ। ਇਹਨਾਂ ਦਾ ਬੜਾ ਵਧੀਆ ਉਪਰਾਲਾ ਹੈਗਾ, ਇੱਕ ਗੁਰਪ੍ਰੀਤ ਨੂੰ ਮਤਲਬ ਲਿਫਟ ਕਰਨ ਵਾਸਤੇ ਉਹਨੂੰ ਇਨਸਾਫ ਦਿਵਾਉਣ ਲਈ ਇਹਨਾਂ ਦਾ ਉਪਰਾਲਾ ਬਹੁਤ ਜ਼ਰੂਰੀ ਸੀਗਾ। ਉਹਨਾਂ ਗੁਰਪ੍ਰੀਤ ਨੂੰ ਇੱਕ ਪਲੇਟਫਾਰਮ ਮਿਲਣਾ ਬਹੁਤ ਜ਼ਰੂਰੀ ਸੀਗਾ, ਜਿਹੜਾ ਕਿ ਐਂਟੀ ਡਰੱਗ ਫੈਡਰੇਸ਼ਨ ਵੱਲੋਂ ਦਿੱਤਾ ਗਿਆ। ਇਹ ਅਭਿਆਨ ਚਲਾ ਰਹੇ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨਾਲ ਜੋ ਵੀ ਹੋਇਆ ਉਹ ਸਾਰੀ ਦੁਨੀਆ ਨੇ ਵੇਖਿਆ, ਪਰ ਹੁਣ ਦੁਬਾਰਾ ਕੋਈ ਹੋਰ ਨੌਜਵਾਨ ਗੁਰਪ੍ਰੀਤ ਵਾਂਗ ਅਜਿਹੇ ਹਾਦਸੇ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ, ਇਸ ਲਈ ਉਹ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ। ਉਹਨਾਂ ਕਿਹਾ ਕਿ ਇਹ ਦਸਤਖਤ ਮੁਹਿੰਮ ਚਲਾਈ ਗਈ ਹੈ ਜੋ ਪੂਰੇ ਦੇਸ਼ ਵਿੱਚ ਚੱਲ ਰਹੀ ਹੈ ਅਤੇ ਉਹ ਇਸ ਦਸਤਖਤ ਕੈਂਪੇਨ ਦੇ ਵੇਰਵੇ ਪ੍ਰਧਾਨ ਮੰਤਰੀ ਨੂੰ ਸੌਂਪਣਗੇ, ਜਿਸ ਨਾਲ ਗੁਰਪ੍ਰੀਤ ਨੂੰ ਇਨਸਾਫ ਦੀ ਮੰਗ ਨੂੰ ਬਲ ਦਿੱਤਾ ਜਾ ਸਕੇ। ਜੋ ਅਸੀਂ ਸਿਗਨੇਚਰ ਕੈਂਪੇਨ ਸ਼ੁਰੂ ਕੀਤੀ ਹੈ ਇਸਦਾ ਬਹੁਤ ਵਧੀਆ ਰਿਸਪੋਂਸ ਮਿਲਦਾ ਹੈ, ਲੇਕਿਨ ਇਹ ਉਹਨਾਂ ਤੱਕ ਪੋਸੀਬਲ ਨਹੀਂ ਸੀ ਜਿਨ੍ਹਾਂ ਤੱਕ ਸ਼੍ਰੀ ਸੰਜੀਵ ਖਾਨ ਜੀ ਜੋ ਐਂਟੀ ਡਰੱਗ ਫੈਡਰੇਸ਼ਨ ਦੇ ਸਰਪ੍ਰਸਤ ਨੇ, ਜੋ ਜਿਨ੍ਹਾਂ ਨੇ ਇੰਨਾ ਹੀ ਜ਼ਿਆਦਾ ਸਾਨੂੰ ਗਾਈਡੈਂਸ ਦਿੱਤੀ, ਜਿਨ੍ਹਾਂ ਨੇ ਇੰਨਾ ਸਾਡਾ ਪਿਆਰ ਅਤੇ ਸਪੋਰਟ ਦੇ ਰਹੇ ਨੇ, ਉਹਨਾਂ ਦੇ ਬਗੈਰ ਇਹ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਸੀ ਜੋ ਇਸ ਟਾਈਮ ਮੌਜੂਦ ਵੀ ਨੇ। ਲੇਕਿਨ ਇਹਦੇ ਵਿੱਚ ਯੂਥ ਦਾ ਕਾਫੀ ਰਿਸਪੋਂਸ ਮਿਲ ਰਿਹਾ, ਯੂਥ ਕਾਫੀ ਪਿਆਰ ਦੇ ਰਿਹਾ। ਸਾਡੀ ਕੋਸ਼ਿਸ਼ ਇਹ ਹੈ ਕਿ ਇੱਕ ਗੁਰਪ੍ਰੀਤ ਮਰਿਆ ਉਹਦੇ ਉਹਦੇ ਮਗਰ ਕਈ ਗੁਰਪ੍ਰੀਤ ਅੱਜ ਖੜ੍ਹੇ ਹੋ ਗਏ ਨੇ, ਇਸ ਕਰਕੇ ਕਿ ਕਿਸੇ ਨਾਲ ਐਸੀ ਦੁਬਾਰਾ ਦੁਰਘਟਨਾ ਨਾ ਹੋਵੇ। ਉਹਦੀ ਫੈਮਿਲੀ ਨੂੰ ਅਸੀਂ ਦਿਨ ਰਾਤ ਉਹਨਾਂ ਦੇ ਨਾਲ ਖੜ੍ਹੇ ਹਾਂ ਔਰ ਤਦ ਤੱਕ ਖੜ੍ਹੇ ਹਾਂ ਜਦੋਂ ਤੱਕ ਉਹਨਾਂ ਦੀ ਫੈਮਿਲੀ ਨੂੰ ਸਪੋਰਟ ਨਹੀਂ ਮਿਲ ਜਾਂਦਾ ਅਤੇ ਗੌਰਮੈਂਟ ਸਟ੍ਰਿਕਟਲੀ ਇਹਨੂੰ ਸਮੋਕਿੰਗ ਨੂੰ ਅੱਛੇ ਤਰੀਕੇ ਨਾਲ ਬੈਨ ਨਹੀਂ ਕਰਦੀ ਅਤੇ ਖੁਦ ਫੋਲੋ ਨਹੀਂ ਕਰਦੀ, ਤਦ ਤੱਕ ਸਾਡੀ ਇਹ ਲੜਾਈ ਜਾਰੀ ਰਹੇਗੀ ਜਿੰਨਾ ਤੱਕ ਇਹ ਇਨਸਾਫ ਨਹੀਂ ਮਿਲਦਾ। ਸਪੋਕਸਮੈਨ ਟੀਵੀ ਦੇ ਲਈ ਪਟਿਆਲਾ ਤੋਂ ਹਰਵਿੰਦਰ ਸਿੰਘ ਕੁੱਕੂ ਦੀ ਰਿਪੋਰਟ।